ਅਸਲਾਮੁਅਲੈਕੁਮ ਜੀ ਤਾਬੀ ਪੰਜਾਬੀ ਚ ਤਾਬੀ ਇੱਕ ਵੱਡੇ ਪ੍ਰੋਗਰਾਮ ਨਾਲ ਹਾਜ਼ਰ ਹੈ ਤੇ ਤੁਸੀਂ ਕਹੋ ਗਏ ਇਹ ਬੰਦਾ ਕੌਣ ਹੈ ਜਿਹੜਾ ਇੱਕ ਵੱਡਾ ਪ੍ਰੋਗਰਾਮ ਤੋਂ ਕਰਨ ਜਾ ਰਿਹਾ ਹੈ ਤੇ ਜਨਾਬ ਇਹਦਾ ਨਾਮ ਨਵੀਦ ਲਤੀਫ ਹੈ ਜਿਹਨੇ ਸੀਜ਼ਨ 2000 ਔਰ 2001 ਵਿੱਚ ਗੁਜਰਾਂਵਾਲਾ ਵਿੱਚ ਸਰਗੋਧੇ ਨੂੰ 394 ਰਨਸ ਬਣਾਏ ਜਿਹਦੇ ਵਿੱਚ 60 ਚੌਕੇ ਔਰ 6 ਛੱਕੇ ਸਨ। ਉਸ ਟਾਈਮ ਦੁਨੀਆ ਦਾ ਨਾਵਾਂ ਵੱਡਾ ਔਰ ਪਾਕਿਸਤਾਨ ਦਾ ਚੌਥਾ ਵੱਡਾ ਸਕੋਰ ਸੀ। ਉਸ ਪਰਫਾਰਮੈਂਸ ਤੇ ਪਾਕਿਸਤਾਨ ਦੀ ਮਹਾਨ ਟੀਮ ਵਿੱਚ ਜਗ੍ਹਾ ਬਣਾਉਣੀ ਮੁਸ਼ਕਲ ਸੀ, ਮਗਰ ਇਸ ਬੰਦੇ ਨੇ ਬਣਾਈ ਔਰ ਸ੍ਰੀਲੰਕਾ ਵਿੱਚ ਦੇ ਖਿਲਾਫ ਸ਼ਾਰਜਾ ਦੇ ਖਿਲਾਫ ਵਿੱਚ 100 ਕੀਤਾ, ਜਿਹਦੇ 'ਚ ਇੰਜ਼ਮਾਮ ਨੇ ਵੀ 100 ਕੀਤਾ, ਮਗਰ ਇਹਨਾਂ ਨੂੰ ਮੈਨ ਆਫ ਦਾ ਮੈਚ ਕਰਾਰ ਦਿੱਤਾ। ਉਸ ਮੈਚ ਦੇ ਦੌਰਾਨ ਵਸੀਮ ਅਕਰਮ ਨੇ ਕਿਹਾ ਕਿ 10-12 ਗੇਮਾਂ ਤੋਂ ਬਾਅਦ ਇਹ ਬੰਦਾ ਵਰਲਡ ਕਲਾਸ ਪਲੇਅਰ ਹੋਏਗਾ। ਸਾਰੀ ਦੁਨੀਆ ਮੰਨਦੀ ਹੈ ਕਿ ਵਰਲਡ ਕਲਾਸ ਔਰ ਟੈਲੈਂਟਡ ਪਲੇਅਰ ਹੈ, ਔਰ ਮਗਰ ਇਹਨਾਂ ਕੋਲ ਇੱਕ ਗਲਤੀ ਹੋ ਗਈ ਕਿ ਇਹ ਲਾਹੌਰ ਬਾਦਸ਼ਾਹ ਲੋ ICL ਖੇਡਣ ਚਲੇ ਗਏ। ਜਿਹਨਾਂ ਦਾ ਹੱਥ ਪੈਂਦਾ ਸੀ ਉਹ ਰਾਜ ਕਰ ਰਹੇ ਨੇ, ਤੇ ਜਿਹਨਾਂ ਦਾ ਹੱਥ ਨਹੀਂ ਪੈਂਦਾ ਸੀ ਸ਼ਾਇਦ ਨਜ਼ੀਰ ਅੰਗਵਰ ਔਰ ਦੂਸਰੇ ਤੀਸਰੇ ਲੋਕ ਨੇ। ਖੈਰ, ਅਸੀਂ ਨਵੀਦ ਲਤੀਫ ਨਾਲ ਗੱਲ ਕਰਾਂਗੇ ਰਿਗਾਰਡਿੰਗ ਏਸ਼ੀਆ ਕੱਪ। ਨਵੀਦ ਲਤੀਫ, ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ, ਬਹੁਤ ਮਿਹਰਬਾਨੀ, ਸ਼ੁਕਰੀਆ। ਕੀ ਹਾਲ ਹੈ? ਠੀਕ ਠਾਕ ਹੋ? ਖੈਰੀਅਤ ਹੈ? ਅੱਲਾ ਦਾ ਫਜ਼ਲ। ਏਸ਼ੀਆ ਕੱਪ ਚ ਪਾਕਿਸਤਾਨ ਦੀ ਓਵਰਆਲ ਪਰਫਾਰਮੈਂਸ ਨੂੰ ਤੁਸੀਂ ਕਿਹਦਾ ਵੇਖ ਰਹੇ ਹੋ? ਏਸ਼ੀਆ ਕੱਪ ਪਰਫਾਰਮੈਂਸ ਪਾਕਿਸਤਾਨ ਦੀ, ਕਿਉਂਕਿ ਸਾਡਾ ਤਾਂ ਪਾਕਿਸਤਾਨ ਹੈ, ਪਾਕਿਸਤਾਨ ਦੀ ਤੇ ਔਰ ਇੰਡੀਆ ਦੀ ਪਰਫਾਰਮੈਂਸ ਹੀ ਦੇਖੀ ਜਾਂਦੀ ਹੈ। ਇਸ ਹਵਾਲੇ ਨਾਲ ਦੇਖੀਏ ਤੇ ਬਹੁਤ ਜ਼ਿਆਦਾ ਸੁਰਖਰੂ ਵੀ ਹੈ ਵਾ, ਕੌਮ ਵੀ ਬਹੁਤ ਖੁਸ਼ ਹੈ। ਅਸੀਂ ਖੇਡੀਏ ਨਾ ਖੇਡੀਏ ਆਪਣਾ ਸਾਰਾ ਕੁਝ, ਲੇਕਿਨ ਆਪਣਾ ਇੰਡੀਆ ਕੋਲੋਂ ਅਸੀਂ ਜਿੱਤ ਗਏ ਹਾਂ। ਲੇਕਿਨ ਅਗਰ ਜਿੱਥੇ ਅਗਰ ਓਵਰਆਲ ਕ੍ਰਿਕਟ ਦੀ ਪਰਫਾਰਮੈਂਸ ਦੇਖੀ ਜਾਏ, ਐਜ਼ ਏ ਕ੍ਰਿਕਟਰ ਸਾਡੀ ਪਰਫਾਰਮੈਂਸ ਬਹੁਤ ਖਰਾਬ ਸੀ। ਸਾਡਾ ਮੈਂ ਮਤਲਬ ਸੈਟਿਸਫਾਈ ਨਹੀਂ, ਅਸੀਂ ਖਰਾਬ ਤੇ ਨਹੀਂ ਕਹਿ ਸਕਦੇ, ਲੇਕਿਨ ਮਤਲਬ ਜਿੰਨੀ ਵੱਡੀ ਟੀਮ ਹੈ, ਜਿੰਨਾ ਨਾਮ ਹੈ ਪਾਕਿਸਤਾਨ ਟੀਮ ਦਾ ਔਰ ਜਿਸ ਰੈਂਕ ਦੀ ਟੀਮ ਹੈ, ਉਸ ਹਿਸਾਬ ਨਾਲ ਸਾਡੀ ਪਰਫਾਰਮੈਂਸ ਸੈਟਿਸਫਾਈ ਨਹੀਂ ਹੁੰਦੀ ਹੈ। ਸਾਨੂੰ ਕਾਫੀ ਸਾਰੀ ਚੀਜ਼ਾਂ ਔਰ ਸਭ ਕਾਫੀ ਸਾਰੀ ਕਮੀ ਪੇਸ਼ੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰ ਬੈਟਿੰਗ ਨੇ ਕਿ ਬਹੁਤ ਲੈਪਸ ਕੀਤਾ ਹੈ, ਔਰ ਬੈਟਿੰਗ ਦੇ ਲੈਪਸ ਕਰਨ ਦੀ ਵਜ੍ਹਾ ਤੋਂ ਹੀ ਪਾਕਿਸਤਾਨ ਦਾ ਜਿਹੜਾ ਸਭ ਤੋਂ ਪਰਫਾਰਮੈਂਸ ਜਿਹੜੀ ਹੈ ਉਹ ਵੀ ਲੈਪਸ ਕੀਤੀ ਹੈ। ਨਵੀਦ ਲਤੀਫ, ਸ਼ੋਏਬ ਮਲਿਕ ਹੋਰਾਂ ਨੇ ਹਾਲ ਹੀ ਚ ਕਿਹਾ ਕਿ ਬਾਬਰ ਆਜ਼ਮ ਜਿਹੜਾ ਹੈ ਉਹ ਯਾਰੀਆਂ ਨਿਭਾ ਰਿਹਾ ਸੀ, ਤੁਸੀਂ ਇਸ ਬਿਆਨ ਨਾਲ ਕਿਸ ਹੱਦ ਤੱਕ ਮੁਤਫਿਕ ਹੋ? ਬਸ ਵਕਤ ਵਕਤ ਦੀ ਗੱਲ ਹੁੰਦੀ ਹੈ, ਜਦੋਂ ਤੱਕ ਟੀਮ ਜਿੱਤੀ ਹੁੰਦੀ ਹੈ ਉਦੋਂ ਕਦੀ ਵੀ ਸ਼ਾਰੀ ਜੂਰੀ ਕਦੀ ਜ਼ਿਹਨ 'ਚ ਕਿਸੇ ਦੇ ਨਹੀਂ ਆਈ। ਇਹੀ ਟੀਮ ਪਹਿਲੇ ਜਿੱਤੀ ਵੀ ਹੈ, ਇਹੀ ਮੁੰਡਿਆਂ ਨੇ ਪਰਫਾਰਮ ਵੀ ਕੀਤਾ, ਲੇਕਿਨ ਜਦੋਂ ਮੇਰਾ ਖਿਆਲ ਹੈ ਕਿ ਜਦੋਂ ਇਹੋ ਜਿਹਾ ਟੀਮ ਹਾਰਦੀ ਹੈ ਫਿਰ ਉਹ ਡਰੋਪ ਕੈਚਿਸ ਵੀ ਯਾਦ ਆਉਂਦੇ ਨੇ, ਜਿੰਨੇ ਸਿੰਗਲ ਜ਼ਿਆਦਾ ਦਿੱਤੇ ਉਹ ਵੀ ਯਾਦ ਆਉਂਦੀ ਹੈ, ਫਿਰ ਜਾਰੀਆਂ ਵੀ ਯਾਦ ਆਉਂਦੀਆਂ ਨੇ, ਫਿਰ ਚੀਫ ਸਿਲੈਕਟਰਸ 'ਤੇ ਵੀ ਉਂਗਲੀਆਂ ਉੱਠਣਗੀਆਂ, ਫਿਰ ਉਸ ਤੋਂ ਇਲਾਵਾ ਮਤਲਬ ਇਸ ਤਰ੍ਹਾਂ ਕਰਕੇ ਸਾਰੀਆਂ ਚੀਜ਼ਾਂ 'ਤੇ ਫਿਰ ਉਂਗਲੀਆਂ ਉੱਠਣਗੀਆਂ। ਤੇ ਜਿੱਦਾਂ ਤੱਕ ਸ਼ੋਏਬ ਮਲਿਕ ਦੇ ਬਿਆਨ ਦਾ ਹੈ ਵੇ, ਉਹ ਵੀ ਜ਼ਾਰੀ ਗੱਲ ਹੈ, ਮੇਰਾ ਜ਼ਾਤੀ ਖਿਆਲ ਹੈ ਕਿ ਇਸ ਟੀਮ ਵਿੱਚ ਸ਼ੋਏਬ ਮਲਿਕ ਨੂੰ ਅਜੇ ਇੱਕ ਅੱਧਾ ਸੀਜ਼ਨ ਜਾਂ 2 ਸੀਰੀਜ਼ ਜਾਂ 4 ਸੀਰੀਜ਼ ਉਹਦਾ ਹੋਰ ਹੱਕ ਬਣਦਾ ਸੀ, ਕਿਉਂਕਿ ਮਿਡਲ ਆਰਡਰ 'ਚ ਅਜੇ ਤੁਹਾਡੇ ਕੋਲ ਜਾਂ 5ਵੇਂ 6ਵੇਂ ਨੰਬਰ 'ਤੇ ਕੋਈ ਐਸਾ ਬੈਟਸਮੈਨ ਨਹੀਂ ਜਿਹੜਾ ਕਾਬਲੇ ਸਿਕਰ, ਜਿਹੜਾ ਕਿ ਟੀਮ ਅਗਰ 4 ਆਊਟ ਹੋ ਜਾਣ, 3 ਆਊਟ ਹੋ ਜਾਣ 20 ਸਕੋਰ ਦੇ ਉੱਤੇ, ਤੇ ਉਹਨੂੰ ਟੀਮ ਨੂੰ ਲੈ ਕੇ ਕਿਸ ਤਰ੍ਹਾਂ ਚੱਲਣਾ ਹੈ। ਆਸਫ ਅਲੀ ਦੀ ਸੂਰਤ ਵਿੱਚ ਦੂਜੇ ਜਿਹੜੇ ਬੈਟਸਮੈਨ ਨੇ ਸਾਡੇ, ਖੁਸ਼ਦਿਲ ਵਗੈਰਾ ਜਾਂ ਇਸ ਤਰ੍ਹਾਂ ਦੇ, ਉਹ 3 ਓਵਰਾਂ ਦੇ ਵਿੱਚ 4 ਛੱਕੇ ਜ਼ਰੂਰ ਮਾਰ ਸਕਦੇ ਨੇ, 5 ਓਵਰਾਂ ਦੇ ਵਿੱਚ ਬਹੁਤ ਜ਼ਿਆਦਾ ਖੇਡਣਗੇ ਤੇ 5 ਓਵਰ ਖੇਡ ਜਾਣਗੇ, ਲੇਕਿਨ ਜਦੋਂ 13 ਜਾਂ 14 ਓਵਰ ਖੇਡਣ ਦੀ ਵਾਰੀ ਆਏਗੀ ਉਹਦੇ ਵਿੱਚ ਸਾਨੂੰ ਸ਼ੋਏਬ ਮਲਿਕ ਵਰਗੇ ਦੀ ਬਾਕੀ ਜ਼ਰੂਰਤ ਹੈ। ਬਿਲਕੁਲ ਠੀਕ ਹੈ ਜੀ, ਔਰ ਅਸੀਂ ਇਫਤਖਾਰ ਉਹਨਾਂ ਦੇ ਮੁਤਬਾਦਲ ਦੇ ਤੌਰ ਤੇ ਲੈ ਕੇ ਗਏ, ਔਰ ਜਿੰਨਾ ਕੁ ਚਾਂਸ ਉਹਨਾਂ ਨੂੰ ਮਿਲਿਆ ਸ਼ਾਇਦ ਹੀ ਕਿਸੇ ਨੂੰ ਮਿਲਿਆ, ਤੇ ਉਹ ਕਿਉਂ ਨਹੀਂ ਪਰਫਾਰਮ ਕਰ ਪਾਏ ਨਵੀਦ? ਇਫਤਖਾਰ ਆਈ ਡੋਂਟ ਥਿੰਕ ਸੋ ਕਿ ਅਜੇ, ਅਗਰ ਤੁਸੀਂ ਕੰਪੇਅਰ ਕਰੋ ਅਗਰ ਤੁਸੀਂ ਕੰਪੇਅਰ ਕਰੋ ਸ਼ੋਏਬ ਮਲਿਕ ਔਰ ਇਫਤਖਾਰ ਨੂੰ, ਤੇ ਫਿਰ ਤੁਸੀਂ ਕੀ ਕਹੋਗੇ? ਨਹੀਂ, ਸ਼ੋਏਬ ਮਲਿਕ ਔਰ ਇਫਤਖਾਰ ਦਾ ਬਹੁਤ ਜ਼ਿਆਦਾ ਫਰਕ ਹੈ। ਇਫਤਖਾਰ, ਸ਼ੋਏਬ ਮਲਿਕ ਓਬਵੀਅਸਲੀ ਇੱਕ ਐਕਸਪੀਰੀਅੰਸ ਪਲੇਅਰ ਹੈ, ਕਾਫੀ ਸਾਰੀ ਕ੍ਰਿਕਟ ਖੇਡੇ ਆ, 300 ਓਵਰ ਤੋਂ ਉੱਤੇ ਦੇ ਵਾਂਡੇ ਨੇ, ਟੈਸਟ ਮੈਚਿਸ ਨੇ, ਫਿਰ 2020 ਦੇ ਉਹਦੇ ਕਾਫੀ ਸਾਰੇ ਮੈਚਿਸ ਨੇ ਇੰਟਰਨੈਸ਼ਨਲ ਲੈਵਲ ਤੇ, ਬੜਾ ਐਕਸਪੀਰੀਅੰਸ ਔਰ ਮੰਨਿਆ ਖਿਲਾੜੀ ਹੈ। ਵੱਡੀ ਗੱਲ ਹੈ ਕਿ ਅਜੇ ਉਹ ਸੁਪਰ ਫਿਟ ਹੈ, ਮਤਲਬ ਉਹਦੇ 'ਚ ਕੋਈ ਫਿਟਨੈਸ 'ਚ ਕੋਈ ਐਸਾ ਪ੍ਰੋਬਲਮ ਜਾਂ ਫਲੋਸ ਨਜ਼ਰ ਨਹੀਂ ਆ ਰਿਹਾ ਕਿ ਜਿਹਨੂੰ ਕੋਈ ਬੇਸ ਬਣਾ ਗਿਆ ਤੇ ਤੁਸੀਂ ਉਹਨੂੰ ਬਾਹਰ ਕੱਢ ਸਕੋ, ਕਿ ਏਜ ਜ਼ਿਆਦਾ, ਏਜ ਅਗਰ ਫਿਟ ਹੈ ਤੇ 38, 39, 40, 41 ਤੱਕ ਵੀ ਬੰਦਾ ਖੇਡ ਸਕਦਾ। ਅਗਰ ਟੀਮ ਦੇ ਫਿਟਨੈਸ ਟੈਸਟ ਦੇ ਉੱਤੇ ਤੁਸੀਂ ਮਿਆਰ ਤੇ ਪੂਰਾ ਨਹੀਂ ਉਤਰ ਰਹੇ, ਤੁਹਾਨੂੰ ਬਿਲਕੁਲ ਬਾਹਰ ਕੱਢਣਾ ਚਾਹੀਦਾ। ਲੇਕਿਨ ਅਗਰ ਤੁਸੀਂ ਕਹਿੰਦੇ ਹੋ ਕਿ ਇਫਤਖਾਰ ਔਰ ਸ਼ੋਏਬ ਮਲਿਕ ਦਾ ਮੁਆਜ਼ਨਾ, ਉਹ ਤੇ ਇੱਕ ਬੇਵਕੂਫੀ ਹੈ ਜੇ,
ਇਫਤਿਖਾਰ ਦੇ ਜਿਨਕੇ 10-12 ਮੈਚ ਹੋਏ ਹੋਣਗੇ, 14 ਮੈਚ ਹੋਏ ਹੋਣਗੇ, ਤੇ ਸ਼ੋਇਬ ਮਲਿਕ ਨਾਲ ਉਹਦਾ ਮੁਆਜ਼ਨਾ ਕਰਨਾ ਜਾਂ ਉਹਦੇ ਟੈਲੈਂਟ ਦਾ ਮੁਆਜ਼ਨਾ ਕਰਨਾ, ਸ਼ੋਇਬ ਮਲਿਕ ਦੇ ਉਹਦੀ ਕਾਫੀ ਸਾਰਾ ਫਰਕ ਹੈ। ਤੇ ਮੈਂ ਇਹ ਕਹਿੰਦਾ ਹੁੰਦਾ ਕਿ ਫਾਈਨਲ ਦੇ ਬਾਰੇ ਚ ਸ੍ਰੀਲੰਕਾ ਥਰੂ ਆਊਟ ਬਹੁਤ ਉਮਦਾ ਕ੍ਰਿਕਟ ਖੇਡੀ। ਮੈਂ ਇਹ ਕਹਿੰਦਾ ਕਿ ਆ ਵਰਲਡ ਕਲਾਸ ਟੀਮ ਡਿਫੀਟਡ ਵਰਲਡ ਕਲਾਸ ਪਲੇਅਰਸ। ਸਾਡੇ ਕੋਲ ਵਰਲਡ ਕਲਾਸ ਪਲੇਅਰ ਤੇ ਹੈ ਨੇ, ਬੋਲਰ ਸਾਡੇ ਕੋਲ ਬਹੁਤ ਅੱਛੇ ਨੇ, ਬਾਬਰ ਮੁਸਲਸਲ ਆਊਟ ਆਫ ਫਾਰਮ ਨੇ, ਰਿਜ਼ਵਾਨ ਦਾ ਸਟ੍ਰਾਈਕ ਰੇਟ ਵੀ ਕੋਈ ਇੰਨਾ ਜ਼ਿਆਦਾ ਉਹਨਾਂ ਦੀ ਛਾਇਆ ਨੇ ਸ਼ਾਨ ਨਹੀਂ। ਤੇ ਤੁਸੀਂ ਕੀ ਕਹੋਗੇ ਕਿ ਸਾਡੀ ਫਾਈਨਲ ਚ ਹਾਰਨ ਦੀ ਕੀ ਵਜ੍ਹਾ ਬਣੀ? ਮੇਰੇ ਖਿਆਲ ਚ ਇੰਡੀਆ ਦੇ ਇੰਡੀਆ ਨੂੰ ਹਰਾਉਣ ਤੋਂ ਬਾਅਦ ਸਾਡੀ ਟੀਮ ਨੇ ਬਹੁਤ ਜ਼ਿਆਦਾ ਰਿਲੈਕਸ ਕੀਤਾ, ਔਰ ਜਿਹੜਾ ਜ਼ਾਤੀ ਖਿਆਲ ਸੀ ਕਿ ਵੀ ਜਿਹੜਾ ਇਹਨਾਂ ਨੇ ਸ੍ਰੀਲੰਕਾ ਦੇ ਖਿਲਾਫ ਆਪਣਾ ਪੂਲ ਮੈਚ ਖੇਡਿਆ, ਉਹਦੇ ਵਿੱਚ ਕਾਫੀ ਸਾਰੀ ਚੇਂਜਿੰਗਸ ਕੀਤੀਆਂ। ਚੇਂਜਿੰਗਸ ਨੋ ਡਾਊਟ ਜ਼ਰੂਰੀ ਹੁੰਦੀਆਂ ਨੇ, ਜੂਨੀਅਰਸ ਨੂੰ ਚਾਂਸ ਵੀ ਦੇਣਾ ਚਾਹੀਦਾ, ਲੇਕਿਨ ਵਿਨਿੰਗ ਕੰਬੀਨੇਸ਼ਨ ਨੂੰ ਇਸ ਤਰ੍ਹਾਂ ਤੋੜ ਕੇ ਔਰ ਇਸ ਤਰ੍ਹਾਂ ਤਰੋੜ ਮਰੋੜ ਕੇ ਔਰ ਇੰਨੇ ਜ਼ਿਆਦਾ ਲੜਕੇ ਔਰ ਇੰਨੇ ਜ਼ਿਆਦਾ ਚੇਂਜਿੰਗਸ ਕਰ ਦੇਣਾ, ਇਹ ਵੀ ਕੋਈ ਮਤਲਬ ਕੋਈ ਅੱਛੀ ਗੱਲ ਨਹੀਂ ਹੁੰਦੀ ਜਾਂ ਕੋਈ ਸਹੀ ਗੱਲ ਨਹੀਂ ਹੈ। ਤੇ ਕ੍ਰਿਕਟ ਦੇ ਹਿਸਾਬ ਦੇ ਨਾਲ ਇਹ ਬਹੁਤ ਹੀ ਮਤਲਬ ਇਹਦਾ ਕੋਈ ਨਾ ਕੋਈ ਨੁਕਸਾਨ ਹੁੰਦਾ ਜੋ ਕਿ ਪਾਕਿਸਤਾਨ ਟੀਮ ਨੂੰ ਹੋਇਆ। ਮੇਰੇ ਖਿਆਲ ਦੇ ਵਿੱਚ ਇਹ ਜਦੋਂ ਚੇਂਜਿੰਗ ਜਾਂ ਜੂਨੀਅਰਸ ਟੀਮ ਨੂੰ ਜਾਂ ਜੂਨੀਅਰਸ ਲੜਕਿਆਂ ਨੂੰ ਜਾਂ ਕਿਸੇ ਨੂੰ ਸੀਨੀਅਰਸ ਦੇ ਨਾਲ ਖੜਾਉਣਾ ਹੁੰਦਾ ਜਾਂ ਉਹਨਾਂ ਨੂੰ ਮੌਕਾ ਦੇਣਾ ਹੁੰਦਾ ਇੱਕ ਜਾਂ ਦੋ, ਉਹ ਵੀ ਉਸ ਤਰ੍ਹਾਂ ਜਦੋਂ ਕੋਈ ਹੋਮ ਸੀਰੀਜ਼ ਹੋ ਰਹੀ ਹੈ, ਤੁਸੀਂ 5 ਵਨਡੇ ਦੀ ਸੀਰੀਜ਼ ਹੈ, 3 ਵਨਡੇ ਜਿੱਤ ਗਏ ਹੋ, 2 ਵਨਡੇ ਤੁਸੀਂ 1 ਜਾਂ 2 ਚੇਂਜਿੰਗ ਕਰ ਸਕਦੇ ਹੋ, ਉਹ ਕਰਕੇ ਜੂਨੀਅਰ ਮੁੰਡਿਆਂ ਨੂੰ ਚਾਂਸ ਦੇ ਸਕਦੇ। ਲੇਕਿਨ ਤੁਸੀਂ ਡਿਊਰਿੰਗ ਏਸ਼ੀਆ ਕੱਪ ਇੱਕ ਵੱਡਾ ਇਵੈਂਟ ਹੈ, ICC ਦਾ ਇੱਕ ਵੱਡਾ ਇਵੈਂਟ ਹੈ, ACC ਦਾ, ਏਸ਼ੀਆ ਕ੍ਰਿਕਟ ਕੌਂਸਲ ਦਾ ਵੱਡਾ ਇਵੈਂਟ ਹੈ, ਸਾਰੀ ਦੁਨੀਆ ਦੀ ਉਹਦੇ ਨਜ਼ਰਾਂ ਨੇ, ਉਹਦੇ ਵਿੱਚ ਇੰਨੀ ਚੇਂਜਿੰਗਸ ਕਰਕੇ ਟੀਮ ਦੇ ਵਿਨਿੰਗ ਕੰਬੀਨੇਸ਼ਨ ਨੂੰ ਤੋੜਨਾ, ਉਹ ਬਹੁਤ ਜ਼ਿਆਦਾ ਨੁਕਸਾਨ ਦੇ ਹੁੰਦਾ, ਜਿਹਦਾ ਕਿ ਨੁਕਸਾਨ ਪਾਕਿਸਤਾਨ ਨੂੰ ਹੋਇਆ ਔਰ ਸਾਹਮਣੇ ਨਜ਼ਰ ਵੀ ਆਇਆ। ਲਿਹਾਜ਼ਾ ਇਸ ਕਿਸਮ ਦੇ ਚੀਜ਼ਾਂ ਜਿਹੜੀਆਂ ਨੇ, ਬਾਬਰ ਆਜ਼ਮ ਨੂੰ ਇਹਨੂੰ ਅਵਾਇਡ ਕਰਨਾ ਚਾਹੀਦਾ, ਸਿਲੈਕਟਰ ਨੂੰ ਅਵਾਇਡ ਕਰਨਾ ਪਏਗਾ ਕਿ ਇੱਕ ਅੱਧਾ ਮੁੰਡਾ ਜੂਨੀਅਰ ਖੜਾ ਲੈਣਾ, 2 ਖੜਾ ਲੈਣਾ, ਉਹ ਇੱਕ ਲਿਹਾਜ਼ਾ ਗੱਲ ਹੈ। ਲੇਕਿਨ ਫਿਰ ਮੈਂ ਕਹਾਂਗਾ ਇੰਨੇ ਵੱਡੇ ਇਵੈਂਟ 'ਚ ਕੰਮ ਨਹੀਂ ਹੋਣੇ ਚਾਹੀਦੇ, ਇਹ ਸਾਰੇ ਕੰਮ ਉੱਥੇ ਹੋਣੇ ਚਾਹੀਦੇ ਨੇ ਜਿੱਥੇ ਹੋਮ ਸੀਰੀਜ਼ ਚੱਲ ਰਹੀ ਹੈ, ਅਵੇ ਸੀਰੀਜ਼ ਹੈ, ਮੁਲਕਾਂ ਨਾਲ ਸੀਰੀਜ਼ ਹੋ ਰਹੀ ਹੈ, ਤੁਹਾਡੇ 2 ਜਾਂ 3 ਵਨਡੇ ਰਹਿ ਗਏ ਨੇ, 1 ਵਨਡੇ ਤੁਹਾਡਾ ਸਪੀਅਰ ਹੈ, ਮੈਚ ਸੀਰੀਜ਼ ਜਿੱਤ ਗਏ ਹੋ, ਉਹਦੇ ਵਿੱਚ ਵੀ ਤੁਸੀਂ 1-2 ਮੁੰਡਿਆਂ ਨੂੰ ਚਾਂਸ ਦੇ ਸਕਦੇ ਹੋ, ਤੁਸੀਂ 4-4 ਜਾਂ 5-5 ਚੇਂਜਿੰਗ ਨਹੀਂ ਕਰ ਸਕਦੇ। ਬਾਬਰ ਆਜ਼ਮ ਨੇ ਸਾਰਾ ਮਲਬਾ ਪਾ ਦਿੱਤਾ ਹੈ ਮਿਡਲ ਆਰਡਰ ਉੱਤੇ, ਔਰ ਸਿਰਫ ਪਾਕਿਸਤਾਨ ਨੂੰ ਸ਼ਾਦਾਬ ਖਾਨ ਨੇ ਸ਼ਿਕਸਤ ਜਿਹੜੀ ਉਹ ਤਸਲੀਮ ਕੀਤੀ ਹੈ, ਆਪਣੀ ਗਲਤੀ ਵੀ ਤਸਲੀਮ ਕੀਤੀ ਹੈ। ਤੁਸੀਂ ਸਮਝਦੇ ਹੋ ਕਿ ਬਾਬਰ ਆਜ਼ਮ ਨੂੰ ਸ਼ਿਕਸਤ ਤਸਲੀਮ ਕਰਨੀ ਚਾਹੀਦੀ ਸੀ ਔਰ ਸਾਰਾ ਮਲਬਾ ਉਹਨਾਂ ਨੇ ਮਿਡਲ ਆਰਡਰ ਤੇ ਪਾ ਦਿੱਤਾ, ਇਸ ਬਾਰੇ ਤੁਸੀਂ ਕੀ ਕਹੋਗੇ? ਬੀਂਗ ਅ ਗੁੱਡ ਪਲੇਅਰ ਔਰ ਬੀਂਗ ਅ ਕੈਪਟਨ, ਖਾਸ ਕਰ ਪਹਿਲੇ ਬੀਂਗ ਅ ਕੈਪਟਨ, ਫਿਰ ਬੀਂਗ ਅ ਗੁੱਡ ਪਲੇਅਰ ਔਰ ਬੀਂਗ ਅ ਗ੍ਰੇਟ ਪਲੇਅਰ ਔਰ ਬੀਂਗ ਅ ਗੁੱਡ ਹਿਊਮਨ, ਜਦੋਂ ਤੁਸੀਂ ਸੀਰੀਜ਼ ਜਾਂ ਟੂਰਨਾਮੈਂਟ ਜਿੱਤਦੇ ਹੋ, ਐਪੀਸੀਏਸ਼ਨ ਲੈਂਦੇ ਹੋ, ਕਲੈਪਸ ਲੈਂਦੇ ਹੋ, ਉਦੋਂ ਸਾਰਾ ਕੁਝ ਠੀਕ ਹੋ ਰਿਹਾ ਹੁੰਦਾ, ਲੇਕਿਨ ਜਦੋਂ ਅਗਰ ਹਾਰਦੇ ਹੋ ਤੇ ਉਹਦੀ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ, ਕਿਉਂਕਿ ਤੁਸੀਂ ਇਸ ਚੀਜ਼ ਦਾ ਜਵਾਬ ਦਿਓ, ਤੁਸੀਂ ਕਪਤਾਨ ਹੋ, ਸਿਆ ਕਰੋ, ਸਫੈਦ ਕਰੋ, ਜੋ ਟੀਮ ਰੋਪ ਦੇ ਅੰਦਰ ਰੱਸੇ ਦੇ ਅੰਦਰ ਟੀਮ ਤੁਹਾਡੇ ਹਵਾਲੇ ਵੇ, ਉਹਦੇ ਤੁਸੀਂ ਜਵਾਬ ਦਿਓ ਔਰ ਜਵਾਬਦੇਹ ਹੋਣਾ ਵੀ ਚਾਹੀਦਾ। ਬਿਲਕੁਲ, ਇਹ ਬਾਬਰ ਆਜ਼ਮ ਜਿਸ ਤਰ੍ਹਾਂ ਸ਼ਦਾਬ ਨੇ ਵੱਡੇ ਦਿਲ ਦਾ ਮੁਜ਼ਾਹਰਾ ਕੀਤਾ, ਹਾਰ ਜਿੱਤ ਜ਼ਰੂਰ ਗਰਾਊਂਡ 'ਚ ਹੁੰਦੀ ਹੈ, 2 ਟੀਮਾਂ ਨੇ ਜਾਣਾ ਹੁੰਦਾ, ਇੱਕ ਨੇ ਹਾਰਨਾ, ਇੱਕ ਨੇ ਜਿੱਤਣਾ, ਲੇਕਿਨ ਅਗਰ ਜਿੱਤ ਹੋਵੇ ਤੇ ਤੁਸੀਂ ਆਪਣੇ ਸਾਰੀ ਕਲੈਪਸ ਲੈਣ ਪਹਿਲੇ ਆ ਜਾਓ, ਜਦੋਂ ਹਾਰ ਹੋਵੇ ਤੇ ਆਪਣਾ ਦੂਸਰੇ ਮੁੰਡੇ ਦੇ ਮਲਬਾ ਪਾ ਦਿਓ, ਇਹ ਮਤਲਬ ਇਹ ਕੋਈ ਅੱਛੀ ਗੱਲ ਨਹੀਂ ਹੁੰਦੀ ਜਾਂ ਕੋਈ ਪਛਾਇਨ ਗੱਲ ਨਹੀਂ, ਇਹਨੂੰ ਕਬੂਲ ਕਰਨਾ ਚਾਹੀਦਾ, ਵੱਡੇ ਦਿਲ ਨਾਲ ਕਬੂਲ ਕਰਨਾ ਚਾਹੀਦਾ, ਆਪਣੀ ਗਲਤੀਆਂ ਕੁਤਾਈਆਂ ਦੇ ਉੱਤੇ ਨਜ਼ਰ ਪਾ ਕੇ। ਅੱਛਾ ਕਪਤਾਨ ਉਹੀ ਹੋਏਗਾ ਜਿਹੜਾ ਆਪਣੀ ਗਲਤੀਆਂ ਦੇ, ਆਪਣੀ ਕੁਤਾਈਆਂ ਤੇ, ਆਪਣੇ ਕਮੀਆਂ ਬੇਸ਼ੀਆਂ ਤੇ, ਆਪਣੇ ਗਲਤ ਫੈਸਲਿਆਂ ਦੇ ਉੱਤੇ ਨਜ਼ਰਸਾਨੀ ਕਰਕੇ ਜਦੋਂ ਦੁਬਾਰਾ ਗਰਾਊਂਡ 'ਚ ਆਵੇ ਤੇ ਇੱਕ ਅੱਛੀ ਨਵੀਂ ਜਦੋਂ ਜਾਇਦ ਔਰ ਇੱਕ ਨਵੇਂ ਬਲਬਲੇ ਨਾਲ ਗਰਾਊਂਡ 'ਚ ਆਏ, ਨਾ ਕਿ ਸਿਰਫ ਆਪਣਾ ਸਕੋਰ ਦੇਖ ਕੇ ਔਰ ਉਸ ਤੋਂ ਬਾਅਦ ਕਹਿਤਾ ਕਿ ਆਪਣਾ ਮਿਡਲ ਆਰਡਰ ਸੀ। ਏਸ਼ੀਆ ਸੀਰੀਜ਼ ਦੇ ਵਿੱਚ ਤਾਂ ਤੁਸੀਂ ਵੀ ਪਰਫਾਰਮ ਨਹੀਂ ਕੀਤਾ ਬਾਬਰ ਆਜ਼ਮ ਸਾਹਿਬ, ਤੇ ਕੀ ਕਰੀਏ ਕਿ ਵੀ ਹੁਣ ਉੱਥੋਂ ਟੌਪ ਆਰਡਰ ਵੀ ਆਪਣਾ ਜੇ ਗੱਲ ਕਰੀਏ ਤਾਂ ਤੁਹਾਡੇ ਤੇ ਗੱਲ ਆਉਂਦੀ ਹੈ, ਲੈ ਇਹ ਗੱਲ ਨਹੀਂ ਹੁੰਦੀ, ਤੁਸੀਂ ਸਾਡੇ ਹੀਰੋ ਨੋ ਡਾਊਟ, ਬੈਡ ਫਾਰਮ ਅੱਛੀ ਆਉਂਦੀ ਰਹਿੰਦੀ ਹੈ, ਸਹੀ ਬਹੁਤ ਅੱਛੀ ਫਾਰਮ ਵੀ ਆਉਂਦੀ ਰਹਿੰਦੀ ਹੈ, ਜਿਸ ਤਰ੍ਹਾਂ ਅਪਰ ਜਿਹੜਾ ਆਰਡਰ ਹੈ ਓਪਨਰ ਬੈਟਸਮੈਨ ਵਗੈਰਾ ਉਹ ਐਪਰੀਸੀਏਸ਼ਨ ਲੈਂਦੇ ਨੇ, ਕਲੈਪਸ ਲੈਂਦੇ ਨੇ, ਲੋਅਰ ਮਿਡਲ ਆਰਡਰ ਨੇ ਵੀ ਆਪਣਾ ਪਰਫਾਰਮ ਕੀਤੇ ਆ, ਮਾਜ਼ੀ ਪਰਫਾਰਮ ਕੀਤੇ ਆ, ਕਾਫੀ ਮੈਚਿਸ ਜਿਹੜੇ ਨੇ ਆਸਫ ਅਲੀ ਨੇ ਬੜੇ ਬੜੇ ਅਨਐਕਸਪੈਕਟਿਡਲੀ ਮੈਚ ਜਿਤਾਏ ਨੇ, ਕੁਛ ਦਿਨ ਨੇ ਇੱਕ ਦੋ ਬੜੀ ਅੱਛੀ ਇਨਿੰਗਸਾਂ ਖੇਡੀਆਂ ਨੇ, ਤੇ ਅਗਰ ਉਸ ਟਾਈਮ ਉਹ ਅੱਛਾ ਖੇਡਣ ਤੇ ਠੀਕ ਹੈ ਤੇ ਹੁਣ ਬੁਰਾ ਖੇਡਣ ਤੇ ਸਾਰਾ ਕੁਝ ਉਹਨਾਂ ਤੇ ਪੈ ਜੇ, ਇਸ ਤਰ੍ਹਾਂ ਤੇ ਫਿਰ ਅਗਰ ਮਿਡਲ ਆਰਡਰ ਤੇ ਗੱਲ ਪੈਂਦੀ ਹੈ ਤੇ ਗੱਲ ਤੇ ਫਿਰ ਆਪਣਾ ਅਪਰ ਆਰਡਰ ਤੇ ਵੀ ਪੈਣੀ ਚਾਹੀਦੀ ਹੈ। ਨਵੀਦ, ਤੁਸੀਂ ਕਿਉਂਕਿ ਜਿਹੜੇ ਪਾਕਿਸਤਾਨ ਕ੍ਰਿਕਟ ਨੂੰ ਜਾਣਦੇ ਨੇ ਉਹ ਤਾਂ ਜਾਣਦੇ ਨੇ ਕਿ ਤੁਸੀਂ ਇੱਕ ਵੈਰੀ ਕਨਿੰਗ ਆਈ ਰੱਖਦੇ ਹੋ, ਜਿੰਨੀ ਕ ਕ੍ਰਿਕਟ ਨੂੰ ਤੁਸੀਂ ਸਮਝਦੇ ਹੋ ਇੰਨੀ ਵਸੀਮ ਅਕਰਮ ਹੀ ਸਮਝਦਾ ਹੈ,
ਜਿਹੜੇ ਲੋਕ ਵਿਰਾਟ ਕੋਹਲੀ ਔਰ ਬਾਬਰ ਆਜ਼ਮ ਦਾ ਕੰਪੈਰੀਜ਼ਨ ਕਰਦੇ ਨੇ, ਤੁਸੀਂ ਇਸ ਬਾਰੇ ਚ ਕੀ ਕਹੋਗੇ? ਵਿਰਾਟ ਕੋਹਲੀ ਔਰ ਬਾਬਰ ਆਜ਼ਮ ਦੇਖੋ ਜੀ, ਦੋਨੋਂ ਇੱਕ ਜਿਹੜੀ ਦੁਨੀਆ ਦਾ ਬੈਟਸਮੈਨਾਂ ਦੀ ਲਾਈਨ ਹੁੰਦੀ ਹੈ ਜਾਂ ਇੱਕ ਪਲੇਅਰਸ ਦੀ ਜਾਂ ਕ੍ਰਿਕਟਰਸ ਦੀ ਲਾਈਨ ਹੁੰਦੀ ਹੈ। ਤੁਸੀਂ ਆਪ ਕ੍ਰਿਕਟਰ ਰਹੇ ਹੋ, ਤੁਹਾਨੂੰ ਆਪ ਪਤਾ ਹੋਏਗਾ ਕਿ ਵੀ ਜਦੋਂ ਕ੍ਰਿਕਟ ਖੇਡਦੇ ਹੁੰਦੇ ਸੋ ਤੇ ਇੱਕ ਪਲੇਅਰ ਹੁੰਦਾ ਸੀ, ਇੱਕ ਕ੍ਰਿਕਟਰ ਹੁੰਦਾ ਸੀ, ਇੱਕ ਨੂੰ ਵੱਡਾ ਕ੍ਰਿਕਟਰ ਕਹੀਦਾ ਸੀ ਜਾਂ ਵੱਡਾ ਪਲੇਅਰ ਕਹੀਦਾ ਸੀ। ਜੀ ਇਹ ਖੇਡਦੇ ਤਾਂ ਸਾਰੇ ਕ੍ਰਿਕਟ ਨੇ, ਲੇਕਿਨ ਇਹਦੇ ਵਿੱਚ ਫਰਕ ਹੁੰਦਾ ਸੀ, ਸਾਡੀ ਕ੍ਰਿਕਟ ਦੀ ਲੈਂਗੁਏਜ ਦੇ ਵਿੱਚ ਫਰਕ ਹੈ। ਤੇ ਇਹ ਵਿਰਾਟ ਕੋਹਲੀ, ਬਾਬਰ ਆਜ਼ਮ, ਇੰਤਜ਼ਮਾਮ, ਤੰਡੂਲਕਰ ਜਾਂ ਮਤਲਬ ਲਾਰਾ ਜੋ ਵੀ ਮਾਜ਼ੀ ਚ ਰਹੇ ਨੇ ਜਾਂ ਹੁਣ ਕਰੰਟ ਜਿਹੜੇ ਵੀ ਹੈ ਨੇ, ਇਹਨਾਂ ਦੀ ਇੱਕ ਲਾਈਨ ਹੁੰਦੀ ਹੈ, ਇੱਕ ਇਹਨਾਂ ਦਾ ਆਪਣਾ ਇੱਕ ਮੁਕਾਮ ਹੈ, ਇੱਕ ਇਹਨਾਂ ਦਾ ਆਪਣਾ ਸਮਝ ਲਓ ਪਰਫਾਰਮ ਕਰਨ ਦਾ ਤਰੀਕਾਕਾਰ ਹੈ। ਇਹ ਜਿਹੜੇ ਨੇ ਇਹਨਾਂ ਨੂੰ ਬਾਕੀ ਪਲੇਅਰਸ ਦੇ ਨਾਲ ਨਹੀਂ ਕੀਤਾ ਜਾ ਸਕਦਾ। ਇਹਦੇ ਵਿੱਚ ਇਹ ਵੇ ਕਿ ਵਿਰਾਟ ਕੋਹਲੀ ਹੋਵੇ ਜਾਵੇ, ਸਾਰੇ ਇੱਕੋ ਲਾਈਨ ਵਾਲੇ ਪਲੇਅਰ ਨੇ, ਇੱਕੋ ਸਾਫ ਵਾਲੇ ਪਲੇਅਰ ਨੇ, ਇੱਕੋ ਲਾਈਨ ਚ ਖੜੇ ਨੇ। ਜਦੋਂ ਕਿਸੇ ਦਾ ਕੋਈ ਸੀਰੀਜ਼ ਅੱਛੀ ਲੱਗ ਜਾਂਦੀ ਹੈ ਉਹਦੇ ਚ ਵਿਰਾਟ ਕੋਹਲੀ ਅੱਗੇ ਹੋ ਜਾਂਦਾ, ਕਿਸੇ ਦੀ ਸੀਰੀਜ਼ ਬੁਰੀ ਲੱਗਦੀ ਹੈ ਥੋੜਾ ਪਿੱਛੇ ਹੋ ਜਾਂਦਾ, ਲੇਕਿਨ ਇਹਦੇ ਚ ਮੁਆਜ਼ਨਾ ਕਰਨਾ ਕਿ ਉਹਦਾ ਇੰਨਾ ਉਹਦਾ ਇੰਨਾ, ਉਹਨੂੰ ਵਿਰਾਟ ਕੋਹਲੀ ਬਾਬਰ ਆਜ਼ਮ ਜਦੋਂ ਕੁਛ ਨਹੀਂ ਸੀ ਕਰ ਰਿਹਾ ਜਾਂ ਕੁਛ ਨਹੀਂ ਸੀ, ਜਿੰਨਾ ਬਾਬਰ ਆਜ਼ਮ ਨੇ ਵਿਰਾਟ ਕੋਹਲੀ ਨੇ ਸਕੋਰ ਕੀਤੇ ਆ, ਤੇ ਉਸ ਵੇਲੇ ਵਿਰਾਟ ਕੋਹਲੀ ਸੀ। ਹੁਣ ਅਗਰ ਬਾਬਰ ਆਜ਼ਮ ਕਰ ਰਿਹਾ ਤੇ ਬਾਬਰ ਆਜ਼ਮ ਨੇ, ਲੇਕਿਨ ਹੁਣ ਬਾਬਰ ਆਜ਼ਮ ਵੀ ਕੁਛ ਨਹੀਂ ਕਰ ਰਿਹਾ, ਵਿਰਾਟ ਕੋਹਲੀ ਨੇ ਤਾਂ ਫਿਰ ਕੀ ਆ ਦੋ ਕਿਆ ਕਰ ਦਿੱਤੇ ਨੇ, ਇਹਦਾ ਮਤਲਬ ਹੈ ਕਿ ਉਹ ਲਿਹਾਜ਼ਾ ਕੰਪੈਰੀਜ਼ਨ ਕਰਨਾ। ਹਾਂ, ਲੇਕਿਨ ਦੋਨੋਂ ਸਫੇ ਅੱਵਲ ਦੇ ਪਲੇਅਰ ਨੇ, ਸਫੇ ਅੱਵਲ ਦੇ ਬੈਟਸਮੈਨ ਨੇ, ਦੁਨੀਆ ਦੇ ਜਿਹੜੇ 5-7-8 ਟੌਪ ਬੈਟਸਮੈਨ ਇਸ ਟਾਈਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ, ਤੇ ਉਹ ਡੈਫੀਨੇਟਲੀ ਜਦੋਂ ਆਪਣੇ ਆਪਣੇ ਸੀਰੀਜ਼ ਦੇ ਹਿਸਾਬ ਨਾਲ ਆਪਣੀ ਆਪਣੀ ਪਰਫਾਰਮੈਂਸ ਦੇ ਹਿਸਾਬ ਨਾਲ, ਕਦੀ ਇਹ ਪਰਫਾਰਮੈਂਸ ਨਹੀਂ ਵੀ ਹੁੰਦੀ, ਕਦੀ ਬਹੁਤ ਅੱਛੀ ਹੋ ਜਾਂਦੀ ਹੈ, ਤੇ ਫਲੈਕਚੁਏਸ਼ਨ ਚਲਦੀ ਰਹੇਗੀ, ਇਸ ਤਰ੍ਹਾਂ ਚਲਦੀ ਰਹੇਗੀ। ਔਰ ਦੋਨੋਂ ਨੋ ਡਾਊਟ ਬਹੁਤ ਅੱਛੇ ਬੈਟਸਮੈਨ ਨੇ। ਨਵੀਦ, ਬਾਬਰ ਆਜ਼ਮ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਕਿਉਂਕਿ ਮੈਂ ਤੇ ਹਰ ਪ੍ਰੋਗਰਾਮ ਚ ਕਹਿਣਾ ਕਿ ਬਾਬਰ ਆਜ਼ਮ ਇਹ ਪਾਕਿਸਤਾਨ ਹੈ, ਇੱਥੇ ਕਿਸੇ ਖਿਲਾੜੀ ਨੂੰ ਅਗਰ ਬੈਡ ਪੈਚ ਆ ਜਾਏ ਤੇ ਉਹਨੂੰ ਕਹਿੰਦੇ ਨੇ ਜੀ ਮੁੱਕ ਗਿਆ, ਸਾਰਿਆਂ ਨੂੰ ਬਾਹਰ ਕੱਢ ਦਿਓ, ਇੱਥੇ ਉਸਮਾਨ ਖਾਜਾ ਆਸਟ੍ਰੇਲੀਆ ਅੰਗਰ ਵਾਪਸ ਆਉਣ ਦਾ ਪੂਰਾ ਪੂਰਾ ਮੌਕਾ ਨਹੀਂ ਦਿੱਤਾ ਜਾਂਦਾ, ਭਾਰਤ ਅੰਗਰ ਵਿਰਾਟ ਕੋਹਲੀ ਨੂੰ ਵਾਪਸ ਆਉਣ ਦਾ ਮੌਕਾ ਪੂਰਾ ਪੂਰਾ ਫਰਾਹਮ ਨਹੀਂ ਕੀਤਾ ਕੀਤਾ ਗਿਆ, ਕਿਆ ਤੁਸੀਂ ਤੁਸੀਂ ਬਾਬਰ ਆਜ਼ਮ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਪਾਕਿਸਤਾਨ ਚ ਠੱਪਾ ਜਦੋਂ ਲੱਗ ਜਾਏ ਤੇ ਫਿਰ ਬੰਦਾ ਬੜਾ ਪ੍ਰੋਬਲਮ ਚ ਆ ਜਾਂਦਾ ਹੈ? ਨਹੀਂ, ਬਾਬਰ ਆਜ਼ਮ ਮੇਰਾ ਦਾਤੀ ਖਿਆਲ ਹੈ ਅਜੇ ਇਸ ਕੰਡੀਸ਼ਨ ਵਿੱਚ ਨਹੀਂ ਆਇਆ। ਸਿਰਫ ਇੱਕ ਈਵੈਂਟ ਨੂੰ ਦੇਖ ਕੇ ਜਾਂ ਇੱਕ ਸੀਰੀਜ਼ ਦੇਖ ਕੇ ਕਿਸੇ ਦੇ ਮੁਸਤਕਬਲ ਦਾ ਫੈਸਲਾ ਕਰ ਲੈਣਾ, ਇਹ ਵੀ ਕੋਈ ਅੱਛੀ ਗੱਲ ਨਹੀਂ ਹੁੰਦੀ। ਅਗਰ ਉਹਨੇ ਤੁਸੀਂ ਉਹਦੇ 3 ਮੈਚ ਜਾਂ 5 ਮੈਚ ਦੇਖਣੇ ਨੇ, ਲੇਕਿਨ ਉਹਦੇ ਤੁਸੀਂ 100 ਮੈਚ ਭੁੱਲ ਜਾਓ ਜਿਹਦੇ 'ਚ ਉਹਨੇ ਪਰਫਾਰਮ ਕੀਤੇ ਆ, ਇਹ ਵੀ ਨਾਇਨਸਾਫੀ ਹੋਏਗੀ। ਤੇ ਜਦੋਂ ਇੱਕ ਚੀਜ਼ ਦਾ ਪਤਾ ਲੱਗ ਗਿਆ ਕਿ ਜਿਹੜਾ ਬੰਦਾ 1 ਮੈਚ ਨਹੀਂ, 2 ਮੈਚ ਨਹੀਂ, 100 ਮੈਚ, 150 ਮੈਚ ਖੇਡ ਕੇ ਗ੍ਰੇਟ ਅੱਵਲ ਨੰਬਰ ਦਾ ਬੱਲੇਬਾਜ਼ ਬਣ ਗਿਆ, ਬੈਟਸਮੈਨ ਬਣ ਗਿਆ, ਸਫੇ ਅੱਵਲ ਦੇ ਬੈਟਸਮੈਨਾਂ 'ਚ ਆ ਗਿਆ, ਅੱਛੇ ਕਪਤਾਨਾਂ 'ਚ ਆ ਗਿਆ, ਤੇ ਉਹਨੂੰ ਟਾਈਮ ਦੇਣਾ ਚਾਹੀਦਾ। ਤੇ ਬਾਕੀ ਔਰ ਮੇਰਾ ਟਾਈਮ ਮਿਲੇਗਾ ਵੀ ਬਾਬਰ ਆਜ਼ਮ ਨੂੰ, ਇਸ ਤਰ੍ਹਾਂ ਨਹੀਂ ਹੋਏਗਾ। ਸਾਡੇ ਨਾਲ ਥੋੜਾ ਜਿਹਾ ਪ੍ਰੋਬਲਮ ਐਵੇਂ ਕਿ ਆਪਣਾ ਇਹਦੇ ਵਿੱਚ ਪਾਕਿਸਤਾਨ ਦੇ ਵਿੱਚ ਇਹ ਵੀ ਕਿ ਸਾਨੂੰ ਜ਼ਰਾ ਥੋੜਾ ਜਿਹਾ ਡੋਮੈਸਟਿਕ ਦੇ ਹਵਾਲੇ ਦੇ ਨਾਲ ਸਾਡੀ ਪ੍ਰੋਬਲਮ ਇਹ ਆ ਰਹੀਆਂ ਨੇ ਕਿ ਸਾਨੂੰ ਪਿੱਛੋਂ ਬੈਕਅਪ ਨਹੀਂ ਮਿਲ ਰਿਹਾ, ਸਾਨੂੰ ਪਿੱਛੋਂ ਉਹ ਪਲੇਅਰਸ ਨਹੀਂ ਆ ਰਹੇ ਜਿਨ੍ਹਾਂ ਦੀ ਸਾਨੂੰ ਜਿਸ ਟੈਲੈਂਟ ਦੇ ਹਵਾਲੇ ਨਾਲ ਪਾਕਿਸਤਾਨ ਮਸ਼ਹੂਰ ਹੈ। ਤੇ ਉਹ ਇਸ ਇਹ ਇੱਕ ਵਜ੍ਹਾ ਹੋ ਸਕਦੀ ਹੈ ਕਿ ਬਾਬਰ ਆਜ਼ਮ ਨੂੰ ਇਹਦੀ ਵਜ੍ਹਾ ਤੋਂ ਵੀ ਕੋਈ ਜ਼ਰਾ ਥੋੜਾ ਲੰਬਾ ਅਰਸਾ। ਬਾਕੀ ਗੱਲ ਤੁਹਾਡੀ ਠੀਕ ਹੈ ਕਿ ਪਾਕਿਸਤਾਨ ਉਹ ਮੁਲਕ ਨਹੀਂ ਹੈ, ਇੱਥੇ ਤਾਂ ਥੋੜਾ ਵੱਡਾ ਟੱਪਾ ਲਾ ਕੇ ਤੇ ਸਾਈਡ ਤੇ ਕਰ ਦਿੰਦੇ ਨੇ, ਲੇਕਿਨ ਇਹ ਵੇ ਕਿ ਬਾਬਰ ਆਜ਼ਮ ਦੇ ਹਵਾਲੇ ਨਾਲ ਇਨਸ਼ਾਅੱਲਾ ਮੇਰਾ ਖਿਆਲ ਹੈ ਇਹਦੀ ਨਰਮੀ ਔਰ ਲਚਕ ਰਹੇਗੀ, ਔਰ ਬਾਬਰ ਆਜ਼ਮ ਨੂੰ ਵੀ ਜਲਦ ਅਜ ਜਲਦ ਇਹ ਜਿਹੜੇ ਆਪਣੇ ਥੋੜੇ ਜਿਹੇ ਫੈਸਲੇ ਨੇ ਔਰ ਜੋ ਮਤਲਬ ਉਹਨੂੰ ਗਲਤੀਆਂ ਕੁਤਾਈਆਂ ਕਮੀਆਂ, ਔਰ ਉਮੀਦ ਹੈ ਕਿ ਬੀਂਗ ਅ ਗੁੱਡ ਕੈਪਟਨ ਔਰ ਬੀਂਗ ਅ ਹਿਊਮਨ ਬੀਂਗ ਔਰ ਬੀਂਗ ਅ ਪਲੇਅਰ ਉਹਨੂੰ ਆਪ ਫੀਲ ਹੋ ਗਿਆ ਹੋਏਗਾ। ਤੋ ਉਹ ਇਹ ਗੱਲਾਂ ਜ਼ਰਾ ਮਤਲਬ ਮੈਂ ਨਹੀਂ ਸਮਝਦਾ ਕਿ ਮੀਡੀਆ ਤੇ ਵੀ ਕਰਨ ਵਾਲੀਆਂ ਨੇ, ਲੇਕਿਨ ਆਇੰਦਾ ਆਉਣ ਵਾਲੇ ਦਿਨਾਂ 'ਚ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਇਹਨਾਂ ਚੀਜ਼ਾਂ ਦੇ ਉੱਤੇ ਆਪਣਾ ਵਰਕ ਕਰੇਗਾ ਔਰ ਕਾਬੂ ਕਰਕੇ ਤੇ ਇਹਨਾਂ ਚੀਜ਼ਾਂ ਨੂੰ ਮਜ਼ੀਦ ਬਿਹਤਰ ਕਰਕੇ ਆਏਗਾ। ਅੱਛਾ, ਆਖਰੀ ਸਵਾਲ ਹੈ ਨਵੀਦ, ਚੇਅਰਮੈਨ ਪੀਸੀਬੀ ਰਮੀਜ਼ ਰਾਜਾ ਹੋਰਾਂ ਨੇ ਫਾਈਨਲ ਮੈਚ ਹਾਰਨ ਤੋਂ ਬਾਅਦ ਦੁਬਈ ਸਟੇਡੀਅਮ ਦੇ ਬਾਹਰ ਗੁਫ਼ਤਗੂ ਕੀਤੀ, ਉਹ ਇੱਕ ਭਾਰਤੀ ਸਾਫੀ ਨਾਲ ਉਲਝ ਵੀ ਪਏ, ਔਰ ਉਹਨਾਂ ਨੇ ਕਿਹਾ ਕਿ ਇਹ ਟੀਮ ਜਿਹੜੀ ਹੈ ਵਰਲਡ ਕੱਪ ਜਿੱਤੇਗੀ, ਤੇ ਤੁਸੀਂ ਅਗਰ ਇਸੇ ਟੀਮ ਨਾਲ ਹੀ ਜਾਂਦੇ ਹੋ, ਵਿੱਚ ਸ਼ਾਨ ਮਸੂਦ ਵੀ ਨਹੀਂ ਤੁਸੀਂ ਪਾਉਂਦੇ, ਵਿੱਚ ਤੁਸੀਂ ਕਿਹਾ ਕਿ ਥੱਲੇ ਬੈਕਅਪ ਨਹੀਂ ਤੇ ਬੈਕਅਪ ਕਾਮਰਾਨ ਗੁਲਾਮ ਦੀ ਸੂਰਤ 'ਚ ਵੀ ਮੌਜੂਦ ਹੈ, ਜ਼ੈਨ ਅਬਾਸ ਦੀ ਸੂਰਤ 'ਚ ਵੀ ਮੌਜੂਦ ਹੈ, ਬਹੁਤ ਸਾਰੇ ਖਿਲਾੜੀ ਨੇ, ਅਗਰ ਇਸੇ ਟੀਮ ਨਾਲ ਤੁਸੀਂ ਇੰਗਲੈਂਡ ਦੇ ਖਿਲਾਫ ਖੇਡਦੇ ਹੋ ਔਰ T20 ਵਰਲਡ ਕੱਪ 'ਚ ਜਾਂਦੇ ਹੋ, ਤੇ ਫਿਰ ਪਾਕਿਸਤਾਨ ਨੂੰ ਤੁਸੀਂ ਕਿੱਥੇ ਵੇਖਦੇ ਹੋ? ਕਿਆ ਤੁਸੀਂ ਰਾਜਾ ਸਾਹਿਬ ਨਾਲ ਮੁਤਫਿਕ ਹੋ? ਮੈਂ ਜਿੱਥੇ ਤੱਕ ਰਮੀਜ਼ ਰਾਜਾ ਸਾਹਿਬ ਦਾ ਸਵਾਲ ਹੈ, ਉਹ ਦੇਖੋ ਉੱਥੇ ਆਪਣਾ ਭਾਰਤੀ ਸਾਫੀ ਨਾਲ ਉਲਝ ਪੈਣਾ ਜਾਂ ਕੁਝ ਇਸ ਤਰ੍ਹਾਂ ਗੱਲ ਕਰ ਦੇਣਾ,
ਮੈਂ ਇੰਡੀਅਨ ਮੀਡੀਆ ਨੂੰ ਇੰਡੀਅਨ ਮੀਡੀਆ ਦਾ ਵੀ ਕਿਉਂਕਿ ਮੈਂ ਆਪ ਐਕਸਪੀਰੀਅੰਸ ਨਾ ਮੈਂ ਆਪ ਇੰਡੀਆ ਦੇ ਟੂਰ ਵੀ ਕੀਤੇ ਨੇ ਦੋ ਤਿੰਨ, ਉਸ ਤੋਂ ਇਲਾਵਾ ਇੰਡੀਆ ਦਾ ਮੀਡੀਆ ਦਾ ਸਾਹਮਣਾ ਵੀ ਕੀਤੇ ਹੈ, ਉਹ ਵੀ ਕੋਈ ਨੇ ਪੋਜ਼ਿਟਿਵ ਬੋਡੀ ਲੈਂਗੁਏਜ ਦੇ ਨਾਲ ਔਰ ਪੋਜ਼ਿਟਿਵ ਵਰਡਿੰਗ ਦੇ ਨਾਲ ਉਹ ਆਪਣਾ ਸਾਹਮਣੇ ਨਹੀਂ ਆਉਂਦੇ ਤੁਹਾਡੇ, ਉਹਨਾਂ ਦੇ ਨਾਲ ਗੱਲ ਕਰਨਾ ਔਰ ਉਹਨਾਂ ਦੇ ਨਾਲ ਗੱਲ, ਬਾਕੀ ਮੀਡੀਆ ਦੁਨੀਆਂ ਦੇ ਮੀਡੀਆ 'ਚ ਤੇ ਇੰਡੀਅਨ ਮੀਡੀਆ 'ਚ ਕਾਫੀ ਸਾਰਾ ਫਰਕ ਹੈ। ਰੇਸਿਸ ਨੇ ਮੋਤਸੇਵਿਜ਼ਮ ਬਹੁਤ ਜ਼ਿਆਦਾ ਉਹਨਾਂ ਦਾ ਔਰ ਬੜੇ ਉਹਨਾਂ ਦੇ ਕੁਐਸਚਨ ਜਿਹੜੇ ਹੁੰਦੇ ਨੇ ਉਹ ਬੜੇ ਚੁਬਾਣ ਵਾਲੇ ਹੁੰਦੇ ਨੇ, ਉਹ ਪਾਕਿਸਤਾਨ ਇੰਡੀਆ ਦਾ ਖੈਰ ਇਸ ਸਾਰਾ ਚੱਲ ਹੀ ਰਿਹਾ ਇਸੇ ਤਰ੍ਹਾਂ ਹੀ, ਮਤਲਬ ਇੱਕ ਉਹਨਾਂ ਦਾ ਜਿਹੜਾ ਹੈ ਵੇ ਉਹਨਾਂ ਦਾ ਮੁਕਾਬਲੇਬਾਜ਼ੀ ਸਾਰੇ ਪਾਸੇ ਚੱਲਦੀ ਹੈ, ਤੇ ਉਹਦੇ 'ਚ ਅਗਰ ਮੀਤ ਰਾਜਾ ਉਹਦੇ ਨਾਲ ਉਲਝੇ ਨੇ ਜਾਂ ਚੇਅਰਮੈਨ ਡੀ ਸੀ ਵੀ ਉਲਝੇ ਨੇ, ਤੇ ਉਹ ਉਹਨਾਂ ਦੀ ਇੱਕ ਐਗਰੈਸ਼ਨ ਸੀ, ਉਹਨਾਂ ਦੀ ਖੁਸ਼ੀ ਸੀ, ਉਹਨਾਂ ਦਾ ਇੱਕ ਮਤਲਬ ਸਮਝ ਲਓ ਕਿ ਪਾਕਿਸਤਾਨ ਇੰਡੀਆ ਦਾ ਜਿਸ ਤਰ੍ਹਾਂ ਮੈਚ ਹੁੰਦਾ ਉਸ ਤੋਂ ਬਾਅਦ ਜਿੱਤਣ ਦਾ ਜੋ ਕੌਮ ਦਾ ਹਾਲ ਹੁੰਦਾ, ਕਿਉਂਕਿ ਉਹ ਵੀ ਤਾਂ ਇਨਸਾਨ ਨੇ, ਚੇਅਰਮੈਨ ਹੋ ਕੇ ਕੋਈ ਬਦਲ ਤੇ ਨਹੀਂ ਜਾਂਦਾ, ਇਨਸਾਨ ਤੇ ਇਨਸਾਨ ਹੀ ਰਹਿੰਦਾ, ਪਾਕਿਸਤਾਨ ਨਾਲ ਮੁਹੱਬਤ ਵੀ ਉੱਥੇ ਹੀ ਰਹਿੰਦੀ ਹੈ, ਟੀਮ ਨਾਲ ਮੁਹੱਬਤ ਵੀ ਉੱਥੇ ਹੀ ਰਹਿੰਦੀ ਹੈ, ਔਰ ਇਨਸ਼ਾਅੱਲਾ ਤਾਲਾ ਅਗਰ ਉਹਨਾਂ ਨੇ ਕਿਹਾ ਤਾਂ ਟੀਮ ਹੈ ਜਿੱਤ ਵੀ ਸਕਦੀ ਹੈ। 2020 ਚ ਤਾਂ ਵੀ ਮੈਂ ਆਪ ਤੁਹਾਨੂੰ ਗੱਲ ਦੱਸਾਂ, ਕੋਈ ਤੁਸੀਂ ਕਹਿ ਨਹੀਂ ਸਕਦੇ, ਤਾਂ 2020 ਦੇ ਵਿੱਚ ਤਾਂ ਸਾਰਾ ਮੈਚ ਗੰਦਾ ਖੇਡ ਕੇ ਤੇ ਤੁਸੀਂ ਆਖਰੀ 3 ਓਵਰ 18 ਗੇਂਦਾਂ ਅੱਛੀਆਂ ਖੇਡ ਜਾਓ, ਭਾਵੇਂ ਬੋਲਿੰਗ ਹੋਵੇ ਭਾਵੇਂ ਬੈਟਿੰਗ ਹੋਵੇ, 18 ਗੇਂਦਾਂ ਦੇ ਵਿੱਚ ਤੁਸੀਂ 4 ਵਿਕਟਾਂ ਲੈ ਜਾਓ, 5 ਗੇਂਦਾਂ ਮੇਡਿੰਗ ਕਰ ਜਾਓ, ਮੈਚ ਸਾਰਾ ਉਲਟਾ ਸਿੱਧਾ ਹੋ ਜਾਂਦਾ ਹੈ। ਬੈਟਿੰਗ ਕਰ ਰਹੇ ਹੋ 18 ਗੇਂਦਾਂ 'ਚ ਤੁਸੀਂ 9 ਛੱਕੇ ਮਾਰ ਦਿਓ ਜਾਂ 6 7 ਛੱਕੇ ਮਾਰ ਦਿਓ, 4 ਚੌਕੇ ਮਾਰ ਦਿਓ, ਤੇ ਗੱਲ ਕਿਸੇ ਹੋਰ ਪਾਸੇ ਟੁਰ ਪੈਂਦੀ ਹੈ। ਤੇ ਉਹ ਇਹ ਕਹਿਣਾ ਕਿ ਵੀ ਇਹ ਟੀਮ ਨਹੀਂ ਜਿੱਤ ਸਕਦੀ ਜਾਂ ਉਹ ਟੀਮ ਨਹੀਂ ਜਿੱਤ ਸਕਦੀ, ਮੈਂ ਇਹ ਸਮਝਣਾ ਇਹਨੂੰ ਸਿਰਫ ਮਜ਼ੀਦ ਬਿਹਤਰ ਕਰਨ ਦੀ ਜ਼ਰੂਰਤ ਹੈ, ਇਹਦੇ ਵਿੱਚ ਹੋਰ ਬਿਹਤਰ ਫੈਸਲੇ ਹੋ ਸਕਦੇ ਨੇ ਔਰ ਇਹਨਾਂ ਨੂੰ ਉਹ ਫੈਸਲੇ ਕਰਨੇ ਚਾਹੀਦੇ ਨੇ ਜੋ ਬਿਹਤਰ ਪਾਕਿਸਤਾਨ ਵਾਸਤੇ ਹੋਵੇ ਉਹ ਕਰਨਾ ਚਾਹੀਦਾ ਹੈ, ਨਾ ਕਿ ਸਿਰਫ ਕਿਸੇ ਸਿੰਗਲ ਪਰਸਨ ਵਾਸਤੇ ਜਾਂ ਕਿਸੇ ਦੇ ਜਾਤੀ ਨਾਂ ਵਾਸਤੇ ਕੋਈ ਕਰਨਾ ਚਾਹੀਦਾ, ਪਾਕਿਸਤਾਨ ਵਾਸਤੇ ਜੋ ਬਿਹਤਰ ਹੋਏ ਉਹ ਕਰਨਾ ਚਾਹੀਦਾ। ਥੈਂਕ ਯੂ ਵੈਰੀ ਮੱਚ ਨਵੀਦ ਲਤੀਫ ਹਸਨ ਜੀ। ਨਵੀਦ ਲਤੀਫ ਵਰਲਡ ਕਲਾਸ ਪਲੇਅਰ, ਮਗਰ ਉਹਨਾਂ ਨੇ ਬੜੇ ਹੀ ਅੱਛੇ ਤਰੀਕੇ ਨਾਲ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਔਰ ਫਿਰ ਕਦੀ ਪ੍ਰੋਗਰਾਮ ਕਰਾਂਗੇ ਤੇ ਫਿਰ ਇਹਨਾਂ ਕੋਲ ਪੁੱਛਾਂਗੇ ਕਿ ਇਹਨਾਂ ਨਾਲ ਕੀ ਜ਼ਿਆਦਤੀਆਂ ਹੋਈਆਂ ਤੇ ਇਹਨਾਂ ਦੇ ਜ਼ਮਾਨੇ 'ਚ ਕਿਹੜੀਆਂ ਯਾਰੀਆਂ ਦੋਸਤੀਆਂ ਚੱਲਦੀਆਂ ਸਨ। ਨਵੀਦ ਲਤੀਫ, ਸਾਡੇ ਨਾਲ ਗੁਫ਼ਤਗੂ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ, ਅਸੀਂ ਦੋਵੇਂ ਗ੍ਰਾਈ ਵੀ ਹਾਂ ਔਰ ਇਕੱਠੇ ਕ੍ਰਿਕਟ ਵੀ ਖੇਡੇ ਹੋਏ ਹਾਂ, ਔਰ ਇਨਸ਼ਾਅੱਲਾ ਬਹੁਤ ਜਲਦ, ਅੱਜ ਕੱਲ੍ਹ ਕਰਾਚੀ 'ਚ ਨੇ ਔਰ ਹੁਣੇ ਥੋੜ੍ਹੀ ਦੇਰ ਬਾਅਦ ਫਲੱਡ ਰਿਲੀਫ ਕੈਂਪ ਵਾਸਤੇ ਇੱਕ ਅਮਦਾਦੀ ਕੈਂਪ 'ਚ ਵੀ ਸ਼ਿਰਕਤ ਕਰਨੀ ਹੈ, ਅਤੇ ਸਾਡੀਆਂ ਤਮਾਮ ਧਰਨੇ ਖਾਹਿਸ਼ਾਤ ਸਲਾਬ ਜ਼ਦਗਾਨ ਨਾਲ ਵੀ ਨੇ ਔਰ ਨਵੀਦ ਲਤੀਫ ਨਾਲ ਵੀ ਨੇ। ਨਵੀਦ ਲਤੀਫ, ਤਾਬੀ ਲੀਕਸ ਨਾਲ ਗੱਲ ਕਰਨ ਦਾ ਸ਼ੁਕਰੀਆ, ਅਤੇ ਤੁਹਾਡੇ ਨਾਲ ਅਗਲਾ ਇੰਟਰਵਿਊ ਸਰਗੋਦੇ ਹੋਏਗਾ, ਉਦੋਂ ਤੱਕ ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ।